रेडी ब्राजील ਦੇ ਮਹਾਨ ਫੁੱਟਬਾਲਰ ਪੇਲੇ ਦੇ ਦਿਹਾਂਤ ਨਾਲ ਦੁਨੀਆ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ ਡੰਡੀ ਲੋਕ ਸੋਸ਼ਲ ਮੀਡੀਆ ਰਾਹੀਂ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ ਡੰਡੀ ਦੁਨੀਆ ਭਰ ਵਿੱਚ ਮਹਾਨ ਫੁੱਟਬਾਲ ਖਿਡਾਰੀ ਨੇ ਕਿਹਾ ਕਿ ਉਹਨਾਂ ਦੇ ਦਿਹਾਂਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਡੰਡੀ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਰਹਿਣਗੇ ਡੰਡੀ ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ ਬੀਤੀ ਦੇਰ ਰਾਤ 82 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਡੰਡੀ ਉਹਨਾਂ ਦੀ ਬੇਟੀ ਕੈਲੀ ਨੈਸੀਮੈਂਟੋ ਨੇ ਸੋਸ਼ਲ ਮੀਡੀਆ ਉੱਤੇ ਉਹਨਾਂ ਦੇ ਦਿਹਾਤ ਦੀ ਜਾਣਕਾਰੀ ਦਿੱਤੀ ਡੰਡੀ ਪੇਲੇ ਪੇਟ ਦੇ ਕੈਂਸਰ ਤੋਂ ਪੀੜਤ ਸਨ ਡੰਡੀ ਉਹਨਾਂ ਨੂੰ 29 ਨਵੰਬਰ ਨੂੰ ਸਾਊ ਪਾਉਲੋ ਦੇ ਐਲਵਰਟ ਆਇਨਸਟਾਈਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਡੰਡੀ ਕੀਮੋ ਥੈਰੇਪੀ ਰਾਹੀਂ ਉਹਨਾਂ ਦਾ ਇਲਾਜ ਕੀਤਾ ਗਿਆ ਪਰ ਉਹਨਾਂ ਨੂੰ ਕੋਈ ਲਾਭ ਨਹੀਂ ਹੋ ਰਹਾ ਸੀ ਡੰਡੀ ਇਸ ਤੋਂ ਬਾਅਦ ਕੀਮੋਥੈਰੇਪੀ ਬੰਦ ਕਰਕੇ ਉਹਨਾਂ ਨੂੰ ਦਰਦ ਘਟ ਕਰਨ ਦੀਆਂ ਦਵਾਈਆਂ ਦਿੱਤੀਆਂ ਜਾਣ ਲੱਗੀਆਂ ਡੰਡੀ ਉਹ ਗੁਰਦੇ ਅਤੇ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਸਨ ਡੰਡੀ ਪਹਿਲੇ ਦੇ ਦੇਹਾਂਤ ਤੋਂ ਬਾਅਦ ਬ੍ਰਾਜ਼ੀਲ ਸਰਕਾਰ ਨੇ 3 ਦਿਨ ਲਈ ਰਾਸ਼ਟਰੀ ਸ਼ੋਗ ਦਾ ਐਲਾਨ ਕੀਤਾ ਹੈ ਡੰਡੀ ਇਸ ਦੌਰਾਨ ਪੇਲੇ ਦੀ ਬੇਟੀ ਕੈਲੀ ਨੇ ਇੰਸਟਾਗ੍ਰam ਉੱਤੇ ਲਿਖਿਆ ਕਿ ਅਸੀਂ ਜੋ ਵੀ ਹਾਂ ਸਭ ਤੁਹਾਡੀ ਬਦੌਲਤ ਹਾਂ ਡੰਡੀ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ हां डंडी रेडी पेले ਦਾ ਪਰਿਵਾਰ ਬਹੁਤ ਗਰੀਬ ਸੀ ਡੰਡੀ ਉਹਨਾਂ ਦੇ ਪਿਤਾ ਇੱਕ ਸਫਾਈ ਕਰਮਚਾਰੀ ਸਨ ਡੰਡੀ ਉਹਨਾਂ ਨੇ ਬ੍ਰਾਜ਼ੀਲ ਦੇ ਸਾਊ ਪਾਉਲੋ ਦੀਆਂ ਗਲੀਆਂ ਵਿੱਚ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਡੰਡੀ ਆਰਥਿਕ ਤੰਗੀ ਹੋਣ ਕਾਰਨ ਉਹਨਾਂ ਨੇ ਇੱਕ ਚਾਹ ਦੀ ਦੁਕਾਨ ਉੱਤੇ ਵੀ ਕੰਮ ਕੀਤਾ ਸੀ ਡੰਡੀ ਪੇਲੇ ਫੁੱਟਬਾਲ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਰਹੇ ਹਨ ਡੰਡੀ ਉਹਨਾਂ ਨੇ 1958 1962 ਅਤੇ 1970 ਵਿੱਚ ਬ੍ਰਾਜ਼ੀਲ ਨੂੰ ਵਿਸ਼ਵ ਕੱਪ ਦਬਾਇਆ ਡੰਡੀ ਉਹਨਾਂ ਨੇ ਚਾਰ ਵਿਸ਼ਵ ਕੱਪ ਖੇਡੇ ਡੰਡੀ ਇਹਨਾਂ ਵਿੱਚੋਂ ਟੀਮ ਨੇ ਤਿੰਨ ਵਾਰ ਖਿਤਾਬ ਜਿੱਤੇ ਡੰਡੀ ਉਹਨਾਂ ਨੇ 1971 ਵਿੱਚ ਬ੍ਰਾਜ਼ੀਲ ਨੈਸ਼ਨਲ ਟੀਮ ਤੋਂ ਸੰਨਿਆਸ ਲੈ ਲਿਆ ਸੀ ਡੰਡੀ 1958 ਵਿੱਚ ਪੇਲੇ ਨੇ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਿਆ ਸੀ ਡੰਡੀ ਉਸ ਵੇਲੇ ਪੇਲੇ ਕੇਵਲ 17 ਸਾਲ ਅਤੇ 239 ਦਿਨ ਦੇ ਸਨ ਜਦੋਂ ਉਹਨਾਂ ਨੇ 158 ਵਿੱਚ ਬੇਲਜ ਖਿਲਾਫ ਬ੍ਰਾਜ਼ੀਲ ਦੇ ਕੁਆਟਰਫਾਈਨਲ ਮੈਚ ਦੌਰਾਨ ਫੀਫਾ ਬੇਸਬ ਕੱਪ ਵਿੱਚ ਆਪਣਾ ਪਹਿਲਾ ਗੋਲ ਕੀਤਾ ਸੀ ਡੰਡੀ ਇਸ ਤੋਂ ਬਾਅਦ ਉਹ FIFA ਵਿਸ਼ਵ ਕੱਪ ਟੂਰਨਾਮੈਂਟ ਵਿੱਚ ਸਕੋਰ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਸਨ ਡੰਡੀ ਉਹਨਾਂ ਨੇ 17 ਸਾਲ ਅਤੇ 244 ਦਿਨ ਦੀ ਉਮਰ ਵਿੱਚ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਫਰਾਂਸ ਖਿਲਾਫ ਹੈਟ੍ਰਿਕ ਵੀ ਲਗਾਈ ਸੀ ਡੰਡੀ ਉਸ ਦੇ ਨਾਲ ਹੀ ਉਹ ਹੈਟਟ੍ਰਿਕ ਲਗਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਵੀ ਬਣੇ ਡੰਡੀ ਉਹਨਾਂ ਨੇ ਫਾਈਨਲ ਵਿੱਚ ਵੀ ਗੋਲ ਸਕੋਰ ਕੀਤਾ ਅਤੇ ਬ੍ਰਾਜ਼ੀਲ ਨੂੰ ਵਿਸ਼ਵ ਕੱਪ ਜਿਤਾਇਆ ਡੰਡੀ